ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦੀਦਾਰ ਸਿੰਘ, ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣ ਲੱਗਾ ਹਾਂ ਕਿ ਬਹਿਰੀਨ ਹੈਵੀ ਲਾਇਸੈਂਸ ਦਾ ਪ੍ਰੋਸੈਸ ਕੀ ਹੈਗਾ ਆ। ਸਭ ਤੋਂ ਪਹਿਲਾਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਐਂਡ ਮੇਰੀ ਫੈਮਿਲੀ ਸਪੋਰਟ, ਸਪੈਸ਼ਲ ਥੈਂਕਸ ਸਰਦਾਰ ਹਰਨੇਕ ਸਿੰਘ ਜੀ ਰੰਧਾਵਾ ਐਂਡ ਮੇਰੇ ਵੀਰ ਮਨਜੀਤ ਸਿੰਘ ਜੀ ਬਹਿਰੀਨ, ਕਿਉਂਕਿ ਸਿਰਫ ਉਹਨਾਂ ਦੀ ਸਪੋਰਟ, ਉਹਨਾਂ ਦੀ ਮੋਟੀਵੇਸ਼ਨ ਸਦਕਾ ਅੱਜ ਮੈਂ ਇੱਥੇ ਪਹੁੰਚ ਗਿਆ ਹਾਂ ਕਿ ਮੇਰਾ ਹੈਵੀ ਲਾਇਸੈਂਸ ਬਣ ਗਿਆ ਹੈਗਾ। ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣ ਲੱਗਾ ਹਾਂ ਕਿ ਕਿਵੇਂ ਕਿਵੇਂ ਕੀ ਪ੍ਰੋਸੈਸਿਸ ਹੈਗੇ ਆ, ਸਟਾਰਟਿੰਗ ਤੋਂ ਲੈ ਕੇ ਕੀ ਸਾਡਾ ਐਕਸਪੈਂਸ ਕੀ ਆਉਂਦਾ ਹੈਗਾ ਆ, ਐਂਡ ਅੱਗੇ ਕੀ ਆਪਣਾ ਅਸੀਂ ਇੱਥੇ ਆ ਕੇ ਕਿੱਦਾਂ ਕਿੱਦਾਂ ਇਹ ਪ੍ਰੋਸੈਸ ਕਰਨੀ ਹੈ। ਸਭ ਤੋਂ ਪਹਿਲਾਂ ਮੇਰੀ ਪ੍ਰੋਸੈਸ ਹੈਗੀ ਆ, ਜਿਵੇਂ ਸਟਾਰਟ ਮੈਂ 9th ਅਗਸਤ ਨੂੰ ਮੈਂ ਇੱਥੇ ਲੈਂਡ ਕੀਤਾ ਸੀਗਾ ਜੀ, ਐਂਡ ਲੈਂਡ ਕਰਨ ਤੋਂ ਬਾਅਦ ਵਿਦਇਨ 15 ਡੇਜ਼ ਦੇ ਅੰਦਰ ਮੇਰੀ ਸਿਵਲ ID ਐਂਡ ਮੇਰਾ ਮੈਡੀਕਲ ਕਲੀਅਰ ਹੋ ਗਿਆ ਸੀਗਾ। ਉਹ ਦਿਨ ਇੱਥੇ ਇੰਨੇ ਕੁ ਦਿਨ ਲੱਗਦੇ ਹੈਗੇ, ਇਹ ਕੁਛ ਕੇਸਾਂ 'ਚ ਵੈਰੀ ਕਰਦੀ ਹੈਗੀ ਆ। ਉਸ ਤੋਂ ਬਾਅਦ 9th ਤੋਂ ਲੈ ਕੇ 27 ਤਰੀਕ ਤੱਕ ਜਿੰਨਾ ਟਾਈਮ ਲੱਗਿਆ ਉਹ ਇੱਕ ਹੋਲੀਡੇਜ਼ ਸੀਗੇ ਸਾਡੇ ਵਾਸਤੇ, ਕਿਉਂਕਿ ਸਾਡਾ ਕੋਈ ਕੰਮ ਨਹੀਂ ਸੀਗਾ, ਸਿਰਫ ਸਿਵਲ ID ਐਂਡ ਮੈਡੀਕਲ ਇਹਦੇ 'ਚ ਹੋਇਆ ਸਾਡਾ, ਉਹ ਇੱਕ ਦਿਨ ਦਾ ਕੰਮ ਆ। ਉਸ ਤੋਂ ਬਾਅਦ 27th ਅਗਸਤ ਨੂੰ ਮੇਰਾ ਲਰਨਿੰਗ ਹੈਵੀ ਨਿਕਲਿਆ ਜੀ, ਐਂਡ ਬਹੁਤ ਖੁਸ਼ ਸੀਗਾ ਕਿਉਂਕਿ ਫਸਟ ਸਟੈਪ ਅਸੀਂ ਕਲੀਅਰ ਕਰਕੇ ਆਏ ਸੀਗੇ, ਸੈਕਿੰਡ ਸਟੈਪ ਸਾਡਾ ਆਲਮੋਸਟ ਖਤਮ ਹੋ ਗਿਆ ਸੀਗਾ ਜਿਹੜਾ ਸੀਗਾ ਲਰਨਿੰਗ ਦਾ, ਕਿਉਂਕਿ ਇੱਥੇ ਆ ਕੇ ਕੁਛ ਕੇਸਾਂ 'ਚ ਇੱਥੇ ਪ੍ਰੋਬਲਮ ਆ ਜਾਂਦੀ ਹੈਗੀ ਆ ਕਿ ਕਈਆਂ ਦਾ ਲਾਇਸੈਂਸ ਉਹ ਕਹਿੰਦੇ ਹੈਗੇ ਕਿ ਛੋਟਾ ਆ, ਕਈਆਂ ਦਾ ਲਾਇਸੈਂਸ ਕਹਿੰਦੇ ਹੈਗੇ ਆ ਕਿ ਇਹ ਜੈਨੂਨ ਨਹੀਂ ਹੈ, ਕਿਉਂਕਿ ਉਹਨਾਂ ਦਾ ਸੋਚ ਹੋਰ ਆ। ਸਾਡੇ ਮੁਤਾਬਿਕ ਜੇ ਅਸੀਂ ਉਹਨਾਂ ਵਾਸਤੇ ਹੈਵੀ ਲੈ ਕੇ ਜਾਂਦੇ ਹੈਗੇ ਆ ਤਾਂ ਉਹ ਐਕਸਪੈਕਟ ਕਰਦੇ ਆ ਕਿ ਉਹ ਹੈਵੀ ਬੰਦਾ ਤਾਂ ਪ੍ਰੋਪਰਲੀ ਉਹ ਨਾਲ ਦੀ ਨਾਲ ਤੁਹਾਨੂੰ ਉਹ ਲਰਨਿੰਗ ਦੇ ਦਿੰਦੇ ਹੈਗੇ ਆ। ਇਨ ਮਾਈ ਕੇਸ ਉਹਨਾਂ ਨੇ 27th ਨੂੰ ਮੇਰਾ ਲਰਨਿੰਗ ਹੈਵੀ ਦਿੱਤਾ ਜੀ। 27th ਤੋਂ ਲੈ ਕੇ ਮੇਰੀ ਡੇਟ ਪਈ ਹੈ ਜਿਹੜੀ TV ਕਲਾਸ ਦੀ। TV ਕਲਾਸ ਮੀਨਸ ਇੱਥੇ ਇੱਕ ਕਲਾਸ ਹੁੰਦੀ ਆ ਆਫਟਰ ਜਦੋਂ ਤੁਸੀਂ ਲਰਨਿੰਗ ਗੇਨ ਕਰ ਲੈਂਦੇ ਹੈਗੇ ਹੋ ਤਾਂ TV ਕਲਾਸ ਲੱਗਦੀ ਹੈ, ਜਿਹੜੀ ਮੇਰੀ ਕਲਾਸ ਪਈ 4th ਸੈਪਟੰਬਰ, ਐਂਡ ਬਿਟਵੀਨ 27th ਤੋਂ 4th ਤੱਕ ਬਿਲਕੁਲ ਛੁੱਟੀ ਹੈ ਜੀ, ਐਂਡ 4th ਸੈਪਟੈਂਬਰ ਨੂੰ ਸਾਡੀ TV ਕਲਾਸ ਸੀਗੀ। TV ਕਲਾਸ 'ਚ ਉਹ ਐਕਸਪਲੇਨ ਕਰਦੇ ਹੈ ਕਿਹੜੇ ਕਿਹੜੇ ਇੱਥੇ ਰੂਲਸ ਹੈਗੇ ਆ, ਲਾਈਨਸ ਦਾ ਕੀ ਮਤਲਬ ਹੈਗਾ, ਕਿੱਦਾਂ ਤੁਸੀਂ ਗੱਡੀ ਚਲਾਉਣੀ ਹੈ, ਲੇਨ ਸਾਡੀ ਕਿਹੜੀ ਆ, ਐਂਡ ਸਾਇੰਸ ਉਹਨਾਂ 'ਚ ਸਾਡੇ ਵਾਰਨਿੰਗਸ ਹਨ ਐਂਡ ਜਿਹੜੇ ਸਾਨੂੰ ਫੋਲੋ ਕਰਨੇ ਹੀ ਕਰਨੇ ਹੈਗੇ ਆ, ਉਹ ਸਾਰਾ ਦੱਸਦੇ ਹੈਗੇ ਆ TV ਕਲਾਸ ਨੂੰ। ਜਦੋਂ ਸਾਡੀ TV ਕਲਾਸ ਲੱਗ ਜਾਂਦੀ ਹੈਗੀ ਆ, TV ਕਲਾਸ ਤੋਂ ਬਾਅਦ ਸਾਡਾ ਅਗਲਾ ਸਟੈਪ ਹੁੰਦਾ ਹੈਗਾ ਆ ਕਿ ਅਸੀਂ ਟੀਚਰ ਕਰਨਾ। ਇੱਥੇ 2 ਆਪਸ਼ਨ ਮਿਲਦੇ ਹੈਗੇ ਆ ਜੀ, ਇੱਕ ਹੁੰਦਾ ਗਵਰਨਮੈਂਟ ਟੀਚਰ ਐਂਡ ਅਨਦਰ ਵਨ ਇਜ਼ ਪ੍ਰਾਈਵੇਟ ਟੀਚਰ। ਸੋ ਬਟ ਜਿਵੇਂ ਸਾਡੇ ਵੀਰ ਜੀ ਹੈਗੇ ਆ, ਮਨਜੀਤ ਵੀਰ ਜੀ, ਉਹ ਸਾਨੂੰ ਰਿਕਮੈਂਡ ਕਰਦੇ ਆ ਕਿ ਅਸੀਂ ਪ੍ਰਾਈਵੇਟ ਟੀਚਰ ਕਰੀਏ, ਕਿਉਂਕਿ ਪ੍ਰਾਈਵੇਟ ਟੀਚਰ ਕਰਨ ਦਾ ਫਾਇਦਾ ਸਾਨੂੰ ਇਹ ਹੁੰਦਾ ਕਿ ਸਾਨੂੰ ਜਿਹੜੀ ਕਲਾਸਿਸ ਹੈਗੀ ਆ ਉਹ ਈਜ਼ਲੀ ਮਿਲ ਜਾਂਦੀ ਹੈਗੀ ਆ, ਬਿਕੋਜ਼ ਉੱਥੇ ਸਾਨੂੰ ਪੇ ਭਾਵੇਂ ਥੋੜ੍ਹਾ ਜਿਹਾ ਵੱਧ ਕਰਨਾ ਪੈਂਦਾ ਬਟ ਕਲਾਸਿਸ ਸਾਨੂੰ ਜਲਦੀ ਮਿਲ ਜਾਂਦੀ ਹੈਗੀ। ਇਨ ਦਾ ਕੇਸ ਆਫ ਗਵਰਨਮੈਂਟ ਟੀਚਰ ਉੱਥੇ ਵੇਟਿੰਗ ਲਿਸਟ ਜ਼ਿਆਦਾ ਹੈਗੀ ਆ, ਤੁਹਾਨੂੰ ਕਲਾਸ ਮਿਲ ਗਈ ਜੇ ਤੁਸੀਂ ਫਸਟ ਟਰਾਈ ਕਲੀਅਰ ਕਰ ਗਏ ਦੈਨ ਇਟਸ ਓਕੇ, ਬਟ ਇਨ ਦਾ ਕੇਸ ਜੇ ਤੁਸੀਂ ਨਹੀਂ ਕਰ ਪਾਉਂਦੇ ਤਾਂ ਉਹ ਕਲਾਸਿਸ ਤੁਹਾਨੂੰ 2 ਮਹੀਨੇ ਨੂੰ 3 ਮਹੀਨੇ ਜਾਂ ਵਿਥ ਵੀ ਪੈ ਸਕਦੀ ਹੈ ਵਿਚਕਾਰ। ਸੋ ਜਿਵੇਂ ਜਿਵੇਂ ਸਾਡੇ ਵੀਰ ਜੀ ਰਿਕਮੈਂਡ ਕਰਦੇ ਸੀਗੇ, ਉਹਨਾਂ ਨੇ ਸਾਨੂੰ ਰਿਕਮੈਂਡ ਕਰਤਾ ਕਿ ਅਸੀਂ ਪ੍ਰਾਈਵੇਟ ਟੀਚ ਕਰੀਏ, ਅਸੀਂ ਪ੍ਰਾਈਵੇਟ ਟੀਚਰ ਕੀਤਾ। ਐਂਡ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਹੈਗਾ ਕਿ ਕਲਾਸਿਸ ਇਨ ਮਾਈ ਕੇਸ ਮੇਰੀ ਜਿਹੜੀ ਕਲਾਸਿਸ ਸੀਗੀ ਉਹ 23rd ਸਪਟੰਬਰ ਤੋਂ ਸਟਾਰਟ ਸੀਗੀ ਜੀ, ਉਹਦੇ ਵਿਚਕਾਰ ਵੀ ਯਾਨੀ ਕਿ ਸਾਡੀ 4th ਸਪਟੰਬਰ ਤੋਂ ਲੈ ਕੇ 23rd ਸਪਟੰਬਰ ਤੱਕ ਸਾਡੀ ਛੁੱਟੀਆਂ, ਨੀਅਰ ਅਬਾਊਟ 20 ਡੇਜ਼ ਦਾ ਗੈਪ ਪੈ ਗਿਆ ਸੀਗਾ ਜੀ। ਫਿਰ ਜਿਹੜੇ ਕਲਾਸਿਸ ਹੈਗੀਆਂ ਉਹ ਲਗਾਤਾਰ ਨਹੀਂ, ਇੱਕ ਦਿਨ ਛੱਡ ਕੇ 2 ਦਿਨ ਛੱਡ ਕੇ ਇੱਦਾਂ ਕਲਾਸਿਸ ਲੱਗਦੀਆਂ, ਉਹ ਟੋਟਲ 10 ਕਲਾਸਾਂ ਲੱਗਦੀਆਂ ਹੈਗੀਆਂ ਜੀ। ਐਂਡ ਮੇਰੀ ਕਲਾਸਿਸ ਖਤਮ ਹੋਣੀਆਂ ਸੀਗੀ 11th ਅਕਟੂਬਰ ਨੂੰ ਜੀ। ਸੋ ਉਸ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਸਟੈਪ ਹੁੰਦਾ ਹੈ ਕਿ ਅਸੀਂ ਟੈਸਟ ਡੇਟ ਫੜਨੀ ਹੁੰਦੀ ਹੈ ਕਿ ਅਸੀਂ ਟੈਸਟ ਦੇਣਾ ਹੈਗਾ, ਅਸੀਂ ਅੰਦਰ ਜਾਂਦੇ ਹੈਗੇ ਜਿਹੜਾ ਇੱਥੇ ਮੇਨ ਆਫਿਸ ਹੈਗਾ ਆ ਉਹਨਾਂ ਨੂੰ ਜਾ ਕੇ ਅਸੀਂ ਪੇ ਕਰਦੇ ਹੈਗੇ 16 BD ਐਂਡ ਅਸੀਂ ਟੈਸਟ ਡੇਟ ਫੜਦੇ ਹੈਗੇ। ਇਨ ਮਾਈ ਕੇਸ ਉਹ ਮੈਨੂੰ ਜਿਹੜੀ ਟੈਸਟ ਮਿਲਿਆ ਸੀਗਾ ਜੀ ਉਹ ਹੈਗਾ 28th ਅਕਟੂਬਰ ਦਾ, ਯਾਨੀ ਕਿ ਜਿਹੜਾ ਮੇਰਾ ਕਲਾਸਿਸ ਐਂਡ ਟੈਸਟ ਦੇ ਵਿੱਚ ਵੀ ਮੈਨੂੰ ਨੀਅਰ ਅਬਾਊਟ 70 ਡੇਜ਼ ਦਾ ਗੈਪ ਪੈ ਗਿਆ। ਮੈਂ ਸੋਚਦਾ ਸੀਗਾ ਕਿ ਇਹ ਮੁਸ਼ਕਲ ਹੋਊਗੀ ਬਟ ਮੈਂ ਨਹੀਂ ਸੋਚਦਾ, ਜਦੋਂ ਨੌਲੇਜ ਥੋੜ੍ਹੀ ਬਹੁਤੀ ਆ ਜਾਂਦੀ ਹੈਗੀ, ਡਰਾਈਵਿੰਗ ਸਕਿੱਲ ਜਿਹੜੇ ਥੋੜ੍ਹੇ ਬਹੁਤੇ ਸ਼ਾਰਪ ਹੈਗੇ ਆ ਉਹ ਈਜ਼ਲੀ ਗੈਟ ਕਰ ਲੈਂਦਾ ਹੈਗਾ ਜੀ। ਇਨ ਮਾਈ ਕੇਸ ਮੇਰੇ ਵਾਸਤੇ ਜਿੱਦਾਂ ਮੈਂ ਕਲਾਸਿਸ ਸੀਗਾ ਉਹੀ ਸੇਮ ਮੈਂ ਉੱਦਾਂ ਹੀ ਰਿਹਾ,
ਯਾਨੀ ਕਿ ਤੁਸੀਂ ਆਪਣਾ ਬਿਹੇਵੀਅਰ ਨਾ ਚੇਂਜ ਕਰੋ, ਠੀਕ ਰਹੋ ਨੋਰਮਲ ਐਜ਼ ਜਿੱਦਾਂ ਦੇ ਤੁਸੀਂ ਕਾਮ ਰਹਿਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਹੈਗਾ, ਈਜ਼ੀ ਤੁਸੀਂ ਗੈਟ ਕਰ ਸਕਦੇ ਹੋ। ਸੋ ਵਾਹਿਗੁਰੂ ਜੀ ਕਿਰਪਾ ਸਦਕਾ 28th ਆਫ ਅਕਟੂਬਰ ਨੂੰ ਮੈਂ ਲਾਇਸੈਂਸ ਜੀ ਮੇਰਾ ਬਣ ਗਿਆ, ਬਹਿਰੀਨ ਦਾ ਹੈਵੀ ਲਾਇਸੈਂਸ, ਟ੍ਰੇਲਰ ਐਂਡ ਹਾਫ ਟ੍ਰੇਲਰ ਦਾ ਲਾਇਸੈਂਸ, ਔਰ ਜਿਹੜਾ 5 ਸਾਲ ਵਾਸਤੇ ਵੈਲਿਡ ਹੈ ਜੀ। ਉਸ ਤੋਂ ਬਾਅਦ ਮੈਂ ਜਿਹੜੇ ਵੀਰ ਖਰਚੇ ਬਾਰੇ ਪੁੱਛਦੇ ਹੈਗੇ ਕਿ ਕੀ ਸਾਡੇ ਐਕਸਪੈਂਸਿਸ ਆਉਂਦੇ ਹੈਗੇ ਆ, ਮੈਂ ਥੋੜ੍ਹਾ ਜਿਹਾ, ਵੈਸੇ ਤਾਂ ਜਿੰਨੇ ਵੀ ਸਾਡੇ ਕੋਲ ਜਿਵੇਂ ਮਨਜੀਤ ਵੀਰ ਜੀ ਨੇ ਸਾਰਾ ਐਕਸਪਲੇਨ ਕਰਦੇ ਹੈਗੇ ਆ, ਬਟ ਸਾਡੇ ਕੋਲ ਵੀ ਜਿੱਦਾਂ ਕਾਲਸ ਆਉਂਦੀ ਹੈਗੀ ਆ ਤਾਂ ਅਸੀਂ ਉਹਨਾਂ ਨੂੰ ਸਾਰਾ ਦੱਸ ਦਿੰਦੇ ਹੈਗੇ ਆ ਕਿ ਕੀ ਕਿੰਨਾ ਕਿੰਨਾ ਖਰਚਾ ਆਉਂਦਾ ਹੈਗਾ ਆ। ਜਿਵੇਂ ਲਰਨਿੰਗ ਦਾ ਅਸੀਂ ਸੋਚੀਏ ਤਾਂ 28.5 BD ਖਰਚਾ ਆਉਂਦਾ ਹੈਗਾ ਜੀ, ਜਦੋਂ ਤੁਸੀਂ ਲਰਨਿੰਗ ਕਢਾਉਣ ਜਾਂਦੇ ਹੋ। ਉਸ ਤੋਂ ਬਾਅਦ ਕਲਾਸਿਸ ਦਾ ਵੈਰੀ ਕਰਦਾ ਹੈਗਾ ਕਿ ਉਹ 192 ਤੋਂ ਲੈ ਕੇ 250 ਤੱਕ ਤਾਂ ਜਾਂਦਾ ਹੈਗਾ, ਪਰ ਇਨ ਸਮ ਕੇਸਿਸ ਕੁਛ 5-7% ਕੇਸਾਂ 'ਚ ਇਹ 300 BD ਤੱਕ ਵੀ ਜਾਂਦਾ ਹੈਗਾ ਖਰਚਾ। ਸੋ ਇਹ ਵੈਰੀ ਕਰਦਾ ਹੈਗਾ ਕਿਉਂਕਿ ਜਿਵੇਂ 190 'ਚ ਇੱਕ ਟੈਸਟ ਮਿਲਦਾ ਹੈਗਾ, 250 'ਚ 4 ਟੈਸਟ ਮਿਲਦੇ ਆ। ਮੇਰੇ ਕੇਸ ਦੇ ਵਿੱਚ ਮੈਨੂੰ 250 'ਚ 4 ਟੈਸਟ ਮਿਲੇ ਸੀਗੇ ਕਿਉਂਕਿ ਮੇਰੀ ਬੈਕ ਕਲੀਅਰ ਨਹੀਂ ਸੀ। ਸੋ ਉਸ ਤੋਂ ਬਾਅਦ ਜਿਹੜੇ ਵੀਰ ਮੇਰੇ ਬਹਿਰੀਨ ਆਉਣਾ ਚਾਹੁੰਦੇ ਹੈਗੇ ਆ, ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹਾਂਗਾ ਕਿ ਸਭ ਤੋਂ ਪਹਿਲਾਂ ਕਿ ਤੁਹਾਡੀ ਏਜ 25 ਈਅਰ ਓਲਡ ਹੋਣੇ ਚਾਹੀਦੇ ਆ, ਮਸਟ ਆ ਜੀ, ਠੀਕ ਹੈ। ਉਸ ਤੋਂ ਘੱਟ ਵਾਲਾ ਵੀਰ ਤਾਂ ਸੋਚੇ ਨਹੀਂ ਕਿ ਇੱਥੇ ਆ ਕੇ ਲਾਇਸੈਂਸ ਬਣੂਗਾ। ਐਂਡ ਨੋ ਲੀਸਟ ਤੁਸੀਂ 5 ਈਅਰ ਓਲਡ, 5 ਸਾਲ ਪੁਰਾਣਾ ਤੁਹਾਡਾ ਲਾਇਸੈਂਸ ਹੋਣਾ ਜ਼ਰੂਰੀ ਆ ਵਿਦ NOC, ਕਿਉਂਕਿ NOC ਦਾ ਮਤਲਬ ਇੱਥੇ ਹੈ ਕਿ ਜੇ ਕੁਛ ਕੇਸਾਂ ਜਿਨ੍ਹਾਂ ਨੂੰ NOC ਨਹੀਂ ਮਿਲਦੀ ਬਟ ਉਹਨਾਂ ਦੇ ਲਾਇਸੈਂਸ ਜੈਨਿਊਨ ਆ, ਕਿ ਉਹ ਇੱਥੇ ਆ ਕੇ ਅੰਬੈਸੀ ਤੋਂ ਲੈਟਰ ਮਿਲਦਾ ਹੈਗਾ ਜੀ, ਉਹ ਲੈਟਰ ਲੈ ਸਕਦੇ ਆ, ਉਹਦੇ ਵਾਸਤੇ ਖਰਚਾ ਆਉਂਦਾ ਹੈਗਾ ਜੀ 5 BD ਦਾ। ਸੋ ਇਹ ਹੈਗਾ ਸਾਰੇ ਐਕਸਪੈਂਸਿਸ ਜਿਹੜੇ ਹੈਗੇ ਆ। ਇਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਲੋਕ ਇੱਥੇ ਬਿਹੇਵੀਅਰ ਕਿੱਦਾਂ ਦਾ ਹੈਗਾ ਆ। ਬਹੁਤ ਵਧੀਆ ਬਿਹੇਵ ਕਰਦੇ ਹੈਗੇ ਐਗਜ਼ਾਮਿਨਰ ਹੈਗੇ ਆ, ਅਰਬੀ ਜਿਹੜੇ ਲੋਕ ਹੈਗੇ ਆ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦੀ ਕਿਰਪਾ ਸਦਕਾ ਕਿ ਚਲੋ ਮੈਂ ਸਾਬਤ ਸੂਰਤ ਹਾਂ, ਉਹਦਾ ਮੈਨੂੰ ਬਹੁਤ ਫਰਕ ਪੈਂਦਾ ਹੈ ਕਿਉਂਕਿ ਉਹ ਬਹੁਤ ਰਿਸਪੈਕਟ ਕਰਦੇ ਆ। ਮੇਰਾ ਜਿਹੜਾ ਐਗਜ਼ਾਮਿਨਰ ਸੀਗਾ ਉਹਨੇ ਬਹੁਤ ਰਿਸਪੈਕਟ ਕਰੀ ਹੈ, ਉਹਨੇ ਮੈਨੂੰ ਯਾਨੀ ਕਿ ਚੱਲਣ ਤੋਂ ਪਹਿਲਾਂ ਹੀ ਸਾਰਾ ਕੁਝ ਦੱਸਤਾ ਸੀਗਾ ਕਿ ਕਿੱਦਾਂ ਕੀ ਕਿੱਥੇ ਕਿੱਥੇ ਜਾਣਾ ਹੈਗਾ, ਕਿੱਥੋਂ ਤੁਸੀਂ ਮੁੜਨਾ ਹੈਗਾ, ਐਕਸਪਲੇਨ ਕਰਤਾ ਸੀਗਾ। ਉਹ ਮੇਰੇ ਲਈ ਬਹੁਤ ਉਹਨੇ ਈਜ਼ੀ ਬਣਾਤਾ ਸੀਗਾ ਮੇਰਾ ਵੀ ਹਾਂ ਕਿੱਦਾਂ ਕਿੱਦਾਂ ਜਾਣਾ। ਐਂਡ ਉਹ ਬਹੁਤ ਮੇਰੇ ਲਈ ਯਾਨੀ ਕਿ ਅਸੀਂ ਇੱਕ ਦੂਜੇ ਨਾਲ ਇਨਵੋਲਵ ਹੋ ਗਏ ਸੀਗੇ ਇਸ ਗੱਲ 'ਚ, ਯਾਨੀ ਕਿ ਸਾਨੂੰ ਅਸੀਂ ਨੋਰਮਲ ਅਸੀਂ ਬਿਹੇਵ ਕਰ ਰਹੇ ਸੀ ਇੱਕ ਦੂਜੇ ਨਾਲ, ਉਹਨੇ ਬਹੁਤ ਵਧੀਆ ਮੇਰੇ ਨਾਲ ਯਾਨੀ ਕਿ ਗੱਲ ਕੀਤੀ ਐਂਡ ਮੈਨੂੰ ਐਕਸਪਲੇਨ ਕਰਤਾ ਜੀ। ਸੋ ਜਿਹੜੇ ਵੀ ਸੋਚਦੇ ਹੈਗੇ ਆ ਕਿ ਬਾਹਰਲੇ ਦੇਸ਼ ਹੈਗੇ ਆ ਪਤਾ ਨਹੀਂ ਇਹ ਕਿੱਦਾਂ ਬਿਹੇਵ ਕਰਦੇ ਆ, ਦਾੜੀ ਵਾਲੇ ਨਾਲ ਕਿੱਦਾਂ ਬਿਹੇਵ ਕਰਦੇ ਆ, ਸਰਦਾਰ ਬੰਦੇ ਨਾਲ ਕਿੱਦਾਂ ਬਿਹੇਵ ਕਰਦੇ ਆ, ਬਹੁਤ ਵਧੀਆ ਬਿਹੇਵ ਕਰਦੇ ਆ ਜੀ, ਬਹੁਤ ਕਾਮ ਐਂਡ ਪੋਲਾਈਟਲੀ ਬਿਹੇਵ ਕਰਦੇ ਆ। ਸੋ ਉਸ ਤੋਂ ਬਾਅਦ ਲਾਸਟ ਬਟ ਨੋਟ ਦਾ ਲਿਸਟ, ਮੈਂ ਸਭ ਜਿਹੜੇ ਵੀਰ ਮੇਰੇ ਬਹਿਰੀਨ ਆਉਣਾ ਚਾਹੁੰਦੇ ਆ, ਜਿਹੜੇ ਮੇਰੇ ਵੀਰ ਬਹਿਰੀਨ ਹੈਗੇ ਆ, ਮੈਂ ਇਹ ਕਹਿਣਾ ਚਾਹਾਂਗਾ ਕਿ ਆਓ ਬਟ ਡੈਡੀਕੇਸ਼ਨ, ਡੈਡੀਕੇਸ਼ਨ ਐਂਡ ਸਿੰਸੀਅਰਲੀ ਤੁਸੀਂ ਆਓ, ਇੱਕ ਗੋਲ ਸੈੱਟ ਕਰਕੇ ਆਓ ਕਿ ਅਸੀਂ ਉਹ ਅਚੀਵ ਕਰਨਾ ਆ ਔਰ ਤੁਸੀਂ ਅਚੀਵ ਕਰੋਗੇ। ਕਿਉਂਕਿ ਹਰਨੇਕ ਵੀਰ ਜੀ ਨੇ ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਕਾਲ ਕੀਤੀ ਸੀ, ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ, ਦੀਦਾਰ ਸੋਚ ਲੈ ਜਾਣਾ ਆ ਤਾਂ ਸੋਚ ਕੇ ਜਾਈ ਕਿ ਤੂੰ ਲਾਇਸੈਂਸ ਬਣਵਾਉਣਾ, ਠੀਕ ਹੈ। ਉੱਥੇ ਜਾ ਕੇ ਸਭ ਤੋਂ ਪਹਿਲਾਂ ਇਹ ਨਹੀਂ ਵੀ ਇੱਕ ਆਊਟ ਆਫ ਲਾਈਨ ਚਲੇ ਗਏ, ਸਿਰਫ ਇਹ ਸੋਚ ਕੇ ਜਾਈ ਕਿ ਮੈਂ ਲਾਇਸੈਂਸ ਬਣਵਾਉਣਾ। ਉਹਨਾਂ ਨੇ ਜਿਵੇਂ ਕਿਹਾ ਉੱਦਾਂ ਹੀ ਕਰਿਆ, ਮਨਜੀਤ ਵੀਰ ਜੀ ਨੇ ਜਿਵੇਂ ਕਿਹਾ ਉੱਦਾਂ ਕਰਿਆ, ਤਾਂ ਅੱਜ ਮੈਂ ਮੇਰੇ ਕੋਲ ਮੇਰਾ ਲਾਇਸੈਂਸ ਹੈਗਾ ਜੀ। ਸੋ ਮੈਂ ਜਿਹੜੇ ਮੇਰੇ ਵੀਰ ਆਉਣਾ ਚਾਹੁੰਦੇ, ਮੈਂ ਕਹਾਂਗਾ ਕਿ ਹਾਰਡ ਵਰਕ ਕਰੋ। ਐਂਡ ਇੱਕ ਹੋਰ ਛੋਟੀ ਜਿਹੀ ਗੱਲ ਸੀਗੀ ਜਿਹੜੀ ਕਿ ਯਾਨੀ ਕਿ ਜਿਹੜੇ ਹੁਣ ਨਵੇਂ ਵੀਰ ਆਏ ਹੈਗੇ ਆ ਉਹ ਦੇਖਣ 'ਚ ਆਈ ਹੈ ਗੱਲ, ਕਿ ਪਲੀਜ਼ ਤੁਸੀਂ ਗੱਡੀ ਸਿੱਖ ਕੇ ਆਓ, ਕਿਉਂਕਿ ਜਿਹੜੇ ਨਵੇਂ ਵੀਰ ਆਏ ਹੈਗੇ ਆ ਉਹ ਗੱਡੀ ਸਿੱਖ ਕੇ ਆਏ ਆ ਡਰਾਈਵਿੰਗ ਸਕੂਲ 'ਚ, ਉੱਥੇ ਸਿਰਫ ਰਿਵਰਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਮੈਂ ਵੀਰਾਂ ਨੂੰ ਕਹੂੰਗਾ ਤੁਸੀਂ ਨੋਟ ਕੇਵਲ ਤੁਸੀਂ ਰਿਵਰਸ ਸਿੱਖ ਕੇ ਆਓ, ਪਲੀਜ਼ ਤੁਸੀਂ ਰੋਡ ਦੀ ਟ੍ਰੇਨਿੰਗ ਲੈ ਕੇ ਜ਼ਰੂਰ ਆਓ, ਕਿਉਂਕਿ ਇੱਥੇ ਆ ਕੇ ਮੋਸਟਲੀ ਇਹ ਦੇਖਿਆ ਜਾ ਰਿਹਾ ਕਿ ਉਹ ਪ੍ਰੋਬਲਮ ਆਉਂਦੀ ਹੈਗੀ ਹੈ ਜਦੋਂ ਤੁਸੀਂ ਰਿਵਰਸ 'ਤੇ, ਇੱਥੇ ਸਾਨੂੰ 3 ਚਾਂਸ ਮਿਲਦੇ ਆ ਈਜ਼ਲੀ ਤੁਸੀਂ ਰਿਵਰਸ ਲਾ ਸਕਦੇ ਹੋ। ਮੈਨੂੰ ਵੀ ਰਿਵਰਸ ਨਹੀਂ ਆਉਂਦੀ ਸੀਗੀ ਕਿਉਂਕਿ ਮੈਂ ਬੱਸ ਚਲਾਈ ਸੀਗੀ 3-3.5 ਸਾਲ, ਬਟ ਮੈਂ ਬਹੁਤ ਧੰਨਵਾਦੀ ਹਾਂ ਵੀਰ ਮਨਜੀਤ ਵੀਰ ਜੀ ਦਾ, ਕਿਉਂਕਿ ਉਹਨਾਂ ਨੇ ਇੱਕ ਵੱਡੇ ਭਰਾ ਦੀ ਤਰ੍ਹਾਂ ਸਾਨੂੰ ਰਿਵਰਸ ਦੀ ਇੱਕ ਇੱਕ ਗੁਣ ਦੱਸਿਆ ਵੀ ਕਿਵੇਂ ਕਿਵੇਂ ਰਿਵਰਸ ਲਾਉਣੀ ਆ, ਔਰ ਵਿਦ ਇਨ 2-4 ਦਿਨਾਂ ਦੇ ਵਿੱਚ ਮੇਰੀ ਰਿਵਰਸ ਕਲੀਅਰ ਕਰਾਤੀ ਸੀ ਉਹਨਾਂ ਨੇ। ਐਂਡ ਉਹਨਾਂ ਦਾ ਸਪੋਰਟ ਸੀਗੀ, ਉੱਥੇ ਵੀ ਮੈਂ ਫਸਟ ਟ੍ਰਾਈ 'ਚ ਐਂਡ ਪਹਿਲੀ ਵਾਰ 'ਚ ਮੇਰੀ ਰਿਵਰਸ ਕਲੀਅਰ ਹੋ ਗਈ ਸੀਗੀ। ਸੋ ਰਿਵਰਸ ਦੀ ਪ੍ਰੋਬਲਮ ਨਹੀਂ ਆਉਂਦੀ, ਜੇ ਤੁਸੀਂ ਰਿਵਰਸ ਉੱਥੇ ਸਿੱਖਿਆ ਰਹੋ ਸਿੱਖ ਕੇ ਆਓ, ਬਟ ਰੋਡ ਦੀ ਟ੍ਰੇਨ ਲੈ ਕੇ ਜ਼ਰੂਰ ਆਓ,
ਕਿਉਂਕਿ ਰੋਡ 'ਚ ਆ ਕੇ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਆ ਕਿ ਤੁਸੀਂ ਕਿੱਦਾਂ ਸਟੀਅਰਿੰਗ ਕਿੱਦਾਂ ਸੰਭਾਲਣਾ ਹੈਗਾ ਆ, ਕਿਵੇਂ ਤੁਸੀਂ ਰੋਡ 'ਚ ਲੇਨ ਕਿੱਦਾਂ ਚੇਂਜ ਕਰਨੀ ਹੈਗੀ ਆ, ਕਿਉਂਕਿ ਇੱਥੇ ਟੀਚਰ ਹੈਗੇ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਇੰਡੀਆ ਤੋਂ ਗੱਡੀ ਚਲਾਉਂਦੇ ਆਏ ਹੋ ਜਾਂ ਤੁਸੀਂ ਬਹਿਰੀਨ 'ਚ ਗੱਡੀ ਚਲਾਉਂਦੇ ਹੋ, ਉਹ ਇਹਨਾਂ ਬਾਰੇ ਤੁਹਾਨੂੰ ਬਹੁਤ ਘੱਟ ਨੌਲੇਜ ਦੇ, ਉਹ ਸਿਰਫ ਤੁਹਾਨੂੰ ਦੇਖਦੇ ਹੈਗੇ ਕਿ ਤੁਸੀਂ ਕਿੱਦਾਂ ਕਰਦੇ ਹੋ, ਠੀਕ ਹੈ ਜੀ। ਸੋ ਪਲੀਜ਼ ਰੋਡ ਦੀ ਟ੍ਰੇਨਿੰਗ ਲੈ ਕੇ ਆਓ, ਭਾਵੇਂ ਤੁਸੀਂ ਛੋਟੀ ਗੱਡੀ ਚਲਾਓ, ਬੱਸ ਚਲਾ ਕੇ ਆਓ, ਕੈਂਟਰ ਚਲਾਓ, 10 ਦਿਨ ਚਲਾਓ, 12 ਦਿਨ ਚਲਾਓ, ਬਟ ਤੁਸੀਂ ਚਲਾ ਕੇ ਆਓ। ਸੋ ਮੈਂ ਇਹ ਕਹਾਂਗਾ ਕਿ ਇੰਪੋਸੀਬਲ ਕੁਛ ਵੀ ਨਹੀਂ, ਜੇ ਤੁਸੀਂ ਇੱਕ ਗੋਲ ਸੈੱਟ ਕਰ ਲਿਆ ਤਾਂ ਤੁਸੀਂ ਉਸ ਨੂੰ ਅਚੀਵ ਕਰੋਗੇ, ਕਿਉਂਕਿ ਕੋਈ ਵੀ ਚੀਜ਼ ਇਹ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦਾ ਐਂਡ ਹੈਗਾ ਆ, ਜਾਂ ਕੋਈ ਵੀ ਕਦੇ ਵੀ ਪਰਫੈਕਟ ਬਣ ਸਕਦਾ, ਐਵਰੀਬਡੀ ਇਜ਼ ਨੋਟ ਪਰਫੈਕਟ। ਤਾਂ ਤੁਸੀਂ ਪਰਫੈਕਟ ਆਪਣੇ ਆਪ ਨੂੰ ਤਾਂ ਬਣਾਓਗੇ ਜੇ ਤੁਸੀਂ ਉਸ 'ਤੇ ਮਿਹਨਤ ਕਰੋਗੇ। ਸੋ ਪਲੀਜ਼ ਨਿਰਾਸ਼ ਨਾ ਹੋ, ਸੋਚੋ ਕਿ ਅਸੀਂ ਇਹ ਚੀਜ਼ ਕਰਨੀ ਹੈ ਤਾਂ ਪਲੀਜ਼ ਉਹਨੂੰ ਕਰੋ, ਐਂਡ ਸੋ ਕਦੇ ਵੀ ਯਾਨੀ ਕਿ ਡੀਮੋਟੀਵੇਟ ਨਾ ਹੋ, ਆਪਣੇ ਗੋਲ ਨੂੰ ਅਚੀਵ ਕਰਨਾ ਆ, ਤੁਸੀਂ ਮਿਹਨਤ ਕਰਨੀ ਹੈ, ਠੀਕ ਆ। ਕਹਿਣਾ ਹਰੇਕ ਵੀਰ ਜੀ ਇਹੀ ਗੱਲ ਕਹਿੰਦੇ ਆ ਕਿ ਜੇ ਸਵਰਗ ਦੇਖਣਾ ਹੈ ਤਾਂ ਤੁਹਾਨੂੰ ਮਰਨਾ ਤੁਹਾਨੂੰ ਪਏਗਾ। ਸੋ ਪਲੀਜ਼ ਉਹਨਾਂ ਦੀ ਜਿਹੜੇ ਜਿਹੜੇ ਵੀਡੀਓਜ਼ ਹੈਗੇ ਉਹਨਾਂ ਨੂੰ ਫੋਲੋ ਕਰੋ, ਵੇਖੋ, ਸਾਰੇ ਕੁਸ਼ਚਨ ਕਲੀਅਰ ਹੋ ਜਾਂਦੇ ਹੈਗੇ ਆ। ਮੀਰ ਮਨਜੀਤ ਵੀਰ ਜੀ ਹੈਗੇ ਆ, ਬਹੁਤ ਸਪੋਰਟ ਕਰਦੇ ਹੈਗੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਮੇਰੇ ਮਾਂ ਪਿਓ ਦਾ ਬਹੁਤ ਬਹੁਤ ਧੰਨਵਾਦ, ਮੇਰੇ ਵੀਰ ਜਿਹੜੇ ਮੇਰੇ ਨਾਲ ਇੱਥੇ ਰਹਿੰਦੇ ਹੈਗੇ ਆ, ਬਹੁਤ ਸਪੋਰਟਿਵ ਹੈਗੇ ਆ, ਵੀਰ ਤਰਵਿੰਦਰ ਸਿੰਘ ਬਰਾੜ ਜੀ, ਮੇਰੇ ਵੀਰ ਕੁਲਵੰਤ ਵੀਰ ਜੀ, ਚੰਦਨ ਭਾਅ ਜੀ, ਨਵਨੀਤ ਵੀਰ ਜੀ, ਅਮਨ ਵੀਰ ਜੀ, ਓਂਕਾਰ ਵੀਰ ਜੀ, ਸਾਰੇ ਬਹੁਤ ਹੀ ਸਪੋਰਟਿਵ ਹੈਗੇ ਆ। ਇੱਕ ਦੂਜੇ ਨਾਲ ਅਸੀਂ ਫੈਮਿਲੀ ਜਿੱਦਾਂ ਰਹਿੰਦੇ ਹਾਂ, ਸਾਰਾ ਕੁਝ ਅਸੀਂ ਸ਼ੇਅਰ ਕਰਦੇ ਹਾਂ ਇੱਕ ਦੂਜੇ ਨਾਲ, ਸਾਡੇ ਕਿੱਦਾਂ ਚੱਲਣਾ ਹੈਗਾ, ਕਿੱਦਾਂ ਡਰਾਈਵਿੰਗ, ਕਿੱਦਾਂ, ਉਹਦਾ ਬਹੁਤ ਫਰਕ ਪੈਂਦਾ ਆ, ਉਸ ਕਰਕੇ ਹੀ ਅੱਜ ਮੇਰਾ ਲਾਇਸੈਂਸ ਬਣਿਆ। ਸੋ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਹਰਨੇਕ ਸਿੰਘ ਜੀ ਰੰਧਾਵਾ ਵੀਰ ਜੀ ਦਾ, ਵੀਰ ਮਨਜੀਤ ਵੀਰ ਜੀ ਦਾ, ਕਿਉਂਕਿ ਉਹਨਾਂ ਦੀ ਸਪੋਰਟ ਕਰਕੇ ਹੀ ਅੱਜ ਮੈਂ ਇੱਥੇ ਪਹੁੰਚਿਆ ਹਾਂ। ਹੁਣ ਵਾਹਿਗੁਰੂ ਦੀ ਕਿਰਪਾ ਰਹੀ, ਜਲਦੀ ਜੋਬ ਮਿਲ ਜਾਏਗੀ, ਅਸੀਂ ਅਪਲਾਈ ਕਰਤਾ ਆ ਜੀ, ਵਿਦ ਇਨ ਫਿਊ ਡੇਜ਼ ਜੋਬ ਮਿਲ ਜਾਏਗੀ ਜੀ। ਬਾਕੀ ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ, ਵਾਹਿਗੁਰੂ ਕਿਰਪਾ ਕਰੇ, ਸਦਾ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੀਰ ਹਰਨੇਕ ਵੀਰ ਜੀ ਨੂੰ ਐਂਡ ਮਨਜੀਤ ਵੀਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।